ਸੱਚ ਇਹ ਕਿ ਠੱਗੀ ਦੇ ਨਵੇਂ-ਨਵੇਂ ਤਰੀਕੇ ਤੁਸੀਂ ਦੇਖੇ ਹੋਣੇ ਆ ਤੇ ਇਸ ਤਰੀਕੇ ਦੀ ਇੱਕ ਹੋਰ ਜਿਹੜੀ ਠੱਗੀ ਹੈ ਜਾਂ ਕਹਿ ਲਓ ਚੋਰੀ ਹੈ ਰੂਪਨਗਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਜੋੜੇ ਦੇ ਵੱਲੋਂ ਡੇਰੀ ਦੇ ਅੰਦਰੋਂ 55000 ਰੁਪਏ ਉਡਾ ਲੈ ਜਾਂਦੇ ਨੇ ਉਹ ਵੀ ਬੇहद ਫਿਲਮੀ ਸਟਾਈਲ ਦੇ ਵਿੱਚ ਇਸ ਸਾਰੀ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਸਾਰੀ ਵਾਰਦਾਤ ਸਿਸ ਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਹਿਲਾ ਕਿਸ ਤਰੀਕੇ ਦੇ ਨਾਲ ਇਹ 55 ਤੋਂ 50 ਸਾਲ ਦਾ ਜੋੜਾ ਜਿਹੜਾ ਹੈ ਗੱਡੀ 'ਚ ਡੇਰੀ ਦੇ ਅੰਦਰ ਆਉਂਦਾ ਹੈ ਅਤੇ ਅੰਦਰ ਆਉਣ ਤੋਂ ਬਾਅਦ ਉਸ ਦੁਕਾਨਦਾਰ ਨੂੰ ਡਾਲਰ ਦੇ ਕੇ ਇੱਕ کریم ਦਾ ਪੈਕਟ ਲੈਣ ਦੇ ਬਾਰੇ ਗੱਲਾਂ ਕਰਦਾ ਹੈ ਤੇ ਜਦੋਂ ਉਹ ਕਹਿੰਦਾ ਹੈ ਕਿ ਡਾਲਰ ਨਹੀਂ ਲੈਣੇ ਤਾਂ ਉਸ ਨੂੰ ਗੱਲਾਂ ਦੇ ਵਿੱਚ ਉਲਝਾ ਕੇ ਉਸ ਦੇ ਜਿਹੜੇ ਗੱਲੇ ਦੇ ਵਿੱਚੋਂ 50000 ਤੋਂ ਵੱਧ ਦੀ ਜਿਹੜੀ ਰਾਸ਼ੀ ਹੈ ਉਸ ਤੋਂ ਖੋਲੀ ਜਾਂਦੀ ਹੈ ਉਥੋਂ ਉਹ ਪੈਸੇ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਸਾਰੀ ਵਾਰਦਾਤ ਜਿਹੜੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਗੱਡੀ ਜਿਹੜੀ ਹੈ ਇਸ ਡੇਰੀ ਦੇ ਬਾਹਰ ਆ ਕੇ ਰੁਕਦੀ ਹੈ ਇਸ ਦੇ ਵਿੱਚੋਂ ਦੋ ਜਣੇ ਜਿਹੜੇ ਉਤਰਦੇ ਨੇ ਇਹ ਜੋੜਾ ਉਤਰ ਕੇ ਅੰਦਰ ਆਉਂਦਾ ਹੈ ਅਤੇ ਡੇਰੀ ਤੋਂ کریم ਵਾਲਾ ਪੈਕਟ ਮੰਗਦਾ ਹੈ ਤੇ ਉਸ ਦੇ ਬਦਲੇ ਉਸ ਨੂੰ ਪਹਿਲਾਂ ਡਾਲਰ ਦਿੱਤੇ ਜਾਂਦੇ ਨੇ ਜਿਸ ਤੋਂ ਬਾਅਦ ਜਿਹੜੀ ਕਰੰਸੀ ਬੰਦ ਹੋ ਚੁੱਕੀ ਹੈ ਉਸ ਨੂੰ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਹਨੇ ਚ ਉਸ ਨੂੰ ਗੱਲਾਂ ਚ उलझा ਕੇ ਮਹਿਲਾ ਦੇ ਵੱਲੋਂ ਇਹ ਹਜ਼ਾਰਾਂ ਰੁਪਏ ਜਿਹੜੇ ਨੇ ਉਹ ਚੱਕ ਲੈ ਜਾਂਦੇ ਨੇ ਤੇ ਜਦੋਂ ਤੱਕ ਡੇਰੇ ਦੇ ਮਾਲਕ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਗੱਲੇ ਚੋਂ ਪੈਸੇ ਜਿਹੜੇ ਨੇ ਉਹ ਕੱਢ ਲਏ ਗਏ ਨੇ ਉਦੋਂ ਤੱਕ ਦੇਰ ਹੋ ਜਾਂਦੀ ਹੈ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਬੇਹਤ ਫਿਲਮੀ ਸਟਾਈਲ ਦੇ ਵਿੱਚ ਇਸ ਜੋੜੇ ਵੱਲੋਂ ਸਾਰੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਸਵੀਰਾਂ ਸਾਹਿਬ ਬਿਆਨ ਕਰਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਐਨਆਰਆਈ ਕਹਿ ਕੇ ਆਪਣੇ ਆਪ ਨੂੰ ਪਹਿਲਾਂ ਡਾਲਰ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ 50 ਤੋਂ 50000 ਤੋਂ ਵੱਧ ਜਿਹੜੀ ਰਾਸ਼ੀ ਹੈ ਉਹ ਉਸ ਦੇ ਗੱਲੇ ਚੋਂ ਕੱਢ ਲਈ ਜਾਂਦੀ ਹੈ